ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹੂਗੀ ਖਾਸ ਕਰਕੇ ਜਿਨ੍ਹਾਂ ਦਾ ਸਕੋਰ ਸਿਰਫ 14 ਤੋਂ ਲੈ ਕੇ 15 ਤੱਕ ਜਿਹੜਾ ਸਕੋਰ ਆਉਂਦਾ ਰੀਡਿੰਗ ਦਾ ਉਹਨਾਂ ਦਾ ਜਿਹੜਾ ਸਕੋਰ ਡੈਫੀਨਿਟਲੀ ਇੰਪਰੂਵ ਹੋਊਗਾ ਹਜੇ ਵੀ ਸੋਲਵ ਨਹੀਂ ਨਾ ਇਹ ਰੀਡਿੰਗ ਉਹੀ ਪੰਗਾ ਰਿਹਾ ਹੋਣਾ ਕਿ ਲੋਕੇਸ਼ਨ ਲੱਭ ਜਾਂਦੀ ਆ ਬਟ ਆਨਸਰ ਗਲਤ ਹੋ ਜਾਂਦਾ ਆ ਡੇਲੀ ਦੋ ਦੋ ਰੀਡਿੰਗਾਂ ਚਲਦੀਆਂ ਹੋਣੀਆਂ ਸੈਂਟਰ ਤੋਂ ਵੀ ਆਪ ਰੀਡਿੰਗ ਘਰ ਵਾਸਤੇ ਲੈ ਕੇ ਆਉਂਦੇ ਹੋਣੇ ਆ ਬਟ ਨਹੀਂ ਕੰਪਲੀਟ ਹੁੰਦੀ ਹੋਣੀ ਜਾਂ ਟਾਈਮ ਨਹੀਂ ਮੈਨੇਜ ਹੋ ਰਿਹਾ ਜਾਂ ਸਕੋਰ 15 20 ਤੇ ਖਲੋਤਾ ਆ ਅੱਛਾ ਸਭ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸਿਓ ਤੁਹਾਡੇ ਚੋਂ ਕਿੰਨੇ ਕਿ ਸਟੂਡੈਂਟ ਇਸ ਤਰ੍ਹਾਂ ਦੇ ਹੋਣਗੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਿਹੜੇ ਇਹ ਚ ਸੋਚਦੇ ਹੋਣਗੇ ਕਿ ਜੇ ਰੀਡਿੰਗ ਮੋਡਿਊਲ ਲੜਣਾ ਹੁੰਦਾ ਆ ਆਇਲਸ ਐਗਜ਼ਾਮ 'ਚ ਤੇ ਮੈਂ ਤੇ ਆਇਲਸ ਕਦੋਂ ਦੀ ਕਲੀਅਰ ਕਰ ਲੈਣੀ ਕਿ ਇਹ ਮੋਡਿ ਤੁਸੀਂ ਇਹ ਵੀ ਸੋਚਦੇ ਨਾ ਤਮ ਦਨ ਕੋਈ ਗੱਲ ਨਹੀਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਅੱਜ ਟਿਪਸ ਨਹੀਂ ਦੇਣੀ ਆ ਤੁਹਾਡੇ ਨਾਲ ਮੈਂ ਰੀਡਿੰਗ ਨੂੰ ਸੋਲਵ ਕਰੂੰਗਾ ਤੇ ਆਨਸਰ ਮੈਂ ਕਿਸ ਤਰ੍ਹਾਂ ਫਾਈਂਡ ਆਊਟ ਕਰਦਾ ਉਹ ਤਰੀਕਾ ਮੈਂ ਤੁਹਾਨੂੰ ਦੱਸੂੰਗਾ ਵੇਖੋ 1 ਮਿੰਟ ਤੋਂ ਪਹਿਲਾਂ ਪਹਿਲਾਂ ਵੀ ਆਪਾਂ ਆਨਸਰ ਲੱਭ ਸਕਦੇ ਹਾਂ ਉਹ ਕਰਨਾ ਕਿਸ ਤਰ੍ਹਾਂ ਆ ਇਹ ਨਹੀਂ ਕਰਨਾ ਕਿ ਆਪਾਂ ਕਿ ਪੈਰਾਗ੍ਰਾਫ ਦੇ ਵਿੱਚ ਆਪਾਂ ਹਰ ਚੀਜ਼ ਨੂੰ ਪੜੀ ਜਾਣਾ ਉਹਨੂੰ ਸਮਝੀ ਜਾਣਾ ਆ ਵੋਕੈਬਲਰੀ ਰਟਾ ਮਾਰੀ ਜਾਣੀ ਆ ਤੇ ਆਨਸਰ ਲੱਭ ਜਾਣਾ ਇਸ ਤਰ੍ਹਾਂ ਨਹੀਂ ਹੋਣਾ ਉਹ ਕਿਸ ਤਰ੍ਹਾਂ ਹੋਣਾ ਹੈ ਉਹ ਸਾਰੀ ਚੀਜ਼ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਪੂਰਾ ਸੋਲਵ ਕਰਕੇ ਦੱਸੂਗਾ। ਕੁਐਸਚਨ ਟਾਈਪ ਆਪਾਂ ਫਿਲਿੰਗ ਦਾ ਬਲੈਂਕਸ ਲਵਾਗੇ ਠੀਕ ਆ। ਸੋ ਤੁਹਾਨੂੰ ਮੈਂ ਸੋਲਵ ਕਰਕੇ ਦੱਸੂਗਾ ਉਸ ਤਰੀਕੇ ਨਾਲ ਤੁਸੀਂ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਿਓ। ਹੋਪਫੁਲੀ ਤੁਹਾਡੀ ਬੈਂਡ ਇੰਪਰੂਵਮੈਂਟ ਜ਼ਰੂਰ ਹੋਊਗੀ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਬਲਜੀਤ ਸਿੰਘ ਆ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ aisles journey 46 ਦੇ ਉੱਤੇ। ਦੋਸਤੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਸਬਸਕ੍ਰਾਈਬ ਕਰ ਲਓ ਤੇ ਇਸ ਚੈਨਲ ਨੂੰ ਜ਼ਰੂਰ ਸ਼ੇਅਰ ਕਰਿਓ। ਇੱਕ ਰਿਕੁਐਸਟ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ ਜਾਂ ਤੁਸੀਂ ਫੇਸਬੁੱਕ ਤੇ ਸਿੱਧਾ ਜਾ ਕੇ aisles journey 46 ਲਿਖੋਗੇ ਪੇਜ ਆ ਜਾਊਗਾ ਤੁਹਾਡੇ ਅੱਗੇ ਜ਼ਰੂਰ ਫਾਲੋ ਕਰਿਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਆ ਉਸ ਚੈਨਲ ਨੂੰ ਜਾ ਕੇ ਵੀ ਜਲਦੀ ਤੋਂ ਜਲਦੀ ਤੁਸੀਂ ਸਬਸਕ੍ਰਾਈਬ ਕਰੋ ਤੇ ਉਸ ਚੈਨਲ ਨੂੰ ਵੀ ਆਪਾਂ ਗਰੋ ਕਰੀਏ ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਕਰ ਰਹੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਨਹੀਂ ਲੱਗਦੀ ਆ ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਓਕੇ ਜੀ ਅੱਜ ਆਪਾਂ ਰੀਡਿੰਗ ਸੋਲਵ ਕਰਾਂਗੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਮੇਰੇ ਜਿਵੇਂ ਤੁਸੀਂ ਸੈਂਟਰ 'ਚ ਪੜਦੇ ਹੋ ਰੀਡਿੰਗ ਇਸ ਤਰ੍ਹਾਂ ਤੁਹਾਨੂੰ ਇੱਕ ਬੁੱਕਲੇਟ ਮਿਲ ਜਾਂਦੀ ਹੈ ਸੋਲਵ ਕਰਨ ਵਾਸਤੇ ਸਿਮਿਲਰਲੀ ਅੱਜ ਮੈਂ ਕੰਪਿਊਟਰ ਸਕਰੀਨ ਤੇ ਰਿਕਾਰਡ ਕਰਕੇ ਨਹੀਂ ਬਲਕਿ ਇਸ ਤਰ੍ਹਾਂ ਹੀ ਤੁਹਾਨੂੰ ਰੀਡਿੰਗ ਸੋਲਵ ਕਰਾਉਂਗਾ ਸ਼ੀਟ ਦੇ ਉੱਪਰ ਹੀ ਤੇ ਇਹ ਰੀਡਿੰਗ ਕਰਉਣ ਤੋਂ ਬਾਅਦ ਇਹਦੇ ਵਿੱਚ ਮੈਂ ਤੁਹਾਨੂੰ ਫਿਲਿੰਗ ਦਾ ਬਲੈਂਕਸ ਦੱਸੂਗਾ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਹਾਂ ਤੇ ਕੋਸ਼ਿਸ਼ ਕਰ ਮੈਂ ਤੁਹਾਨੂੰ ਐਕਸਰਸਾਈਜ਼ ਲਈ ਦਊਂਗਾ ਉਹਦਾ ਮੈਨੂੰ ਤੁਸੀਂ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਸੋ ਬਿਨਾਂ ਟਾਈਮ ਵੇਸਟ ਕੀਤੇ ਹੋਏ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਸਿਰਫ 14 ਤੋਂ ਲੈ ਕੇ 15 ਤੱਕ ਜਿਹੜਾ ਸਕੋਰ ਆਉਂਦਾ ਰੀਡਿੰਗ ਦਾ ਉਹਨਾਂ ਦਾ ਜਿਹੜਾ ਸਕੋਰ ਡੈਫੀਨਿਟਲੀ ਇੰਪਰੂਵ ਹੋਊਗਾ ਸੋ ਵੇਖ ਸਕਦੇ ਆ ਆਪਣਾ ਟਾਪਿਕ ਕੀ ਹੈ ਐਬਸੈਂਟਿਜ਼ਮ ਇਨ ਨਰਸਿੰਗ ਅ ਲੌਂਗੀਟਿਊਡਲ ਸਟੱਡੀ ਇਹ ਆਪਣਾ ਟਾਪਿਕ ਹੈ ਠੀਕ ਆ ਸੋ ਪਹਿਲਾਂ ਆਪਾਂ ਫਿਲਿੰਗ ਦਾ ਬਲੈਂਕ ਸੋਲਵ ਕਰਾਂਗੇ ਸੋ ਪਹਿਲੀ ਜਿਹੜੀ ਫਿਲਿੰਗ ਦਾ ਬਲੈਂਕਸ ਆਪਣੇ ਕੋ ਆ ਗਈ ਆ ਦੇਖੋ ਸਭ ਤੋਂ ਪਹਿਲਾਂ ਮੇਨ ਚੀਜ਼ ਜਿਹੜੀ ਜ਼ਰੂਰੀ ਇਹਦੇ ਵਿੱਚ ਪੜਨੀ ਹੁੰਦੀ ਹੈ 1 অর 2 ਵਰਡ ਬੱਚੇ ਕੀ ਕਰਦੇ ਆ 3 ਵਰਡ ਚ ਵੀ ਆਨਸਰ ਲਿਖ ਦਿੰਦੇ ਆ सो जो इंस्ट्रक्शन तो बहुत जाके आंसर लिखोगे तभी गलत होना है इस करके बेवकूफी ना करो अच्छा जी सो so, पहली अपनी ब्लैंक की आ इन द फर्स्ट स्ट्रैटीड बायो बच्चे की कही इतों शुरू करे वर्ड नंबरलाइन करके एबसेंटनिजम कर लिया वुड्डू कर लिया प्राइज नाखो मेन चीज आप जो आंसर ला ਉਹ ਆ ਵਾਲੇ ਵਰਡ ਤੋਂ ਤੇ ਉਸ ਤੋਂ ਅਗਲੇ ਬਨੇ ਜਿਹੜਾ ਲਿਖਿਆ ਹੁੰਦਾ ਉਹਨਾਂ ਚੀਜ਼ ਦੇ ਵਿੱਚ ਡਿਸਾਈਡ ਹੁੰਦਾ ਆਨਸਰ ਇੱਥੋਂ ਸਿਰਫ ਆਪਾਂ ਜਿਹੜੀ ਪਹਿਲੀ ਚੀਜ਼ ਪੜਦੇ ਆ ਆਪਾਂ ਨੂੰ ਸਿਰਫ ਲੋਕੇਸ਼ਨ ਹੀ ਫਾਈਂਡ ਆਊਟ ਹੁੰਦੀ ਹੈ ਜਿਵੇਂ ਮੰਨ ਲਓ ਇੱਥੇ ਲਿਖਿਆ ਇਨ ਦਾ ਫਰਸਟ ਸਟ੍ਰੈਟੇਜੀ ਆਪਾਂ ਨੂੰ ਉਹ ਲੋਕੇਸ਼ਨ ਇੱਥੋਂ ਮਿਲੂਗੀ ਇਸ ਤੋਂ ਬਾਅਦ ਆਪਾਂ ਵੇਖਣਾ ਕੀ ਹੈ ਕਿ ਉਹ ਜਿਹੜੇ ਪ੍ਰਾਈਜ਼ ਹੈ ਉਹ ਡੋਨੇਟਡ ਕਿੰਨਾ ਵੱਲੋਂ ਕੀਤੇ ਜਾਂਦੇ ਠੀਕ ਹੈ ਜਦੋਂ ਆਪਾਂ ਨੂੰ ਡਿਮਾਂਡ ਆਫ ਕੁਐਸਚਨ ਪਤਾ ਲੱਗ ਗਈ ਆਨਸਰ ਡੈਫੀਨੇਟਲੀ ਲੱਭੂਗਾ ਹੁਣ ਡੋਨੇਟਡ ਬਾਈ ਨੂੰ ਇਹ ਨਹੀਂ ਕਿ ਸਿੱਧਾ ਸਿੱਧਾ ਡੋਨੇਟਡ ਹੀ ਲਿਖਿਆ ਹੋ ਬੋਨਸ ਲਿਖ ਸਕਦੇ ਆ ਕੁਝ ਹੋਰ ਚੀਜ਼ ਲਿਖ ਸਕਦੇ ਆ ਆਪਾਂ ਫਾਈਂਡ ਆਊਟ ਕਰਾਂਗੇ ਹੁਣ ਕਿੰਨਾ ਦੁਬਾਰਾ ਜਿਹੜੇ ਡੋਨੇਟਿਡ ਕੀਤੇ ਜਾਂਦੇ ਸਿਰਫ ਆਪਾਂ ਇਹੋ ਚੀਜ਼ ਲੱਭਣੀ ਆ ਠੀਕ ਆ ਸੋ ਪੈਰਾਗ੍ਰਾਫਸ ਆਪਾਂ ਘੱਟ ਫਸਾਂਗੇ ਸੋ ਆਪਣੇ ਕੋਲ ਵੇਖੋ ਲੋਕੇਸ਼ਨ ਜਿਹੜੇ ਲੋਕੇਸ਼ਨ ਜਿਹੜੀ ਇੱਥੇ ਆ ਗਈ ਆਪਣੇ ਕੋਲ ਸਟ੍ਰੈਟਜੀ ਨੰਬਰ 1 ਨੋਨ ਫਾਈਨੈਂਸ਼ੀਅਲ ਮਟੀਰੀਅਲ ਇਨਸੈਂਟਿਵਸ ਲਿਖਿਆ ਵਿਦਨ ਦਾ ਇਸਟੈਬਲਿਸ਼ਡ ਵੇਜ ਐਂਡ ਸੈਲਰੀ ਸਿਸਟਮ ਇਟ ਵਾਸ ਨੋਟ ਪੋਸੀਬਲ ਟੂ ਯੂਜ਼ ਹਸਪੀਟਲ ਫੰਡ ਟੂ ਸਪੋਰਟ ਥਿਸ ਸਟ੍ਰੈਟਜੀ हाउ एवर इट वॉज पॉसिबल टू सिक सिक्योर इनसेंटिवस फ्रॉम लोकल बिजनेसिस हूँ वेखो इत डोनेटेड बाय इतने इंसेंटिवस लिख दिता उन्होंने मैं कहा कि वह बोनस लिख सद रिवॉर्ड लिख सद कुछ भी चीज़ लिख सकते उन्हें क्या किबारा जी चीज़ उन्होंने मिलती है लिखा सिक्योर इनसेंटिवस फ्रॉमल बिजनेसिस आंसर वुड भी अपने को आंसर इतने की आऊगा इतने अपना आंसर हो जूगा local businesses ਠੀਕ ਹੈ ਸਪੈਲਿੰਗ ਮੇਰੇ ਗਲਤ ਹੋ ਸਕਦੇ ਹੋ ਚੀਜ਼ ਤੁਸੀਂ ਦੇਖ ਲਿਓ ਠੀਕ ਆ ਸੋ ਆਪਾਂ ਜ਼ਿਆਦਾ ਟਾਈਮ ਨੂੰ ਨਾ ਵੇਸਟ ਕਰਨਾ ਨਾ ਵੀਡੀਓ ਨੂੰ ਲੰਬਾ ਖਿੱਚਣਾ ਆਪਾਂ ਤਾਂ ਜੋ ਤੁਹਾਨੂੰ ਐ ਲੱਗੇ ਕਿ ਮੈਂ ਬੋਰ ਹੋ ਰਿਹਾ ਆਂ ਇਸ ਚੀਜ਼ ਤੋਂ ਸੈਕਿੰਡ ਕੁਐਸਚਨ ਕੀ ਹੈ ਵੇਖੋ ਅ ਇਨ ਦਾ ਸੈਕਿੰਡ ਸਟ੍ਰੈਟਜੀ ਸਟਾਫ ਵਰ 기ਵਨ ਮੋਰ ਕੰਟਰੋਲ ਓਵਰ ਦਾ ਹੁਣ ਸੈਕਿੰਡ ਸਟ੍ਰੈਟਜੀ ਦੇ ਵਿੱਚ ਕੀ ਦੱਸਿਆ ਕਿ ਸਟਾਫ ਨੂੰ ਕੀ ਦਿੱਤਾ ਜਾਂਦਾ ਵਾ ਜ਼ਿਆਦਾ ਕੰਟਰੋਲ ਦਿੱਤਾ ਜਾਂਦਾ ਕਿਹੜੀ ਚੀਜ਼ ਦੇ ਉੱਪਰ ਉਹ ਆਪਾਂ ਸਿਰਫ ਉਹ ਵੇਖਣਾ ਕਿ ਕਿਹੜੀ ਚੀਜ਼ ਦੇ ਉੱਪਰ ਇਹ ਕੰਟਰੋਲ ਓਵਰ देयर ਉਹਨਾਂ ਦੀ ਆਪਣੀ ਕਿਹੜੀ ਚੀਜ਼ ਦੇ ਉੱਪਰ ਜਿਹੜਾ ਕੰਟਰੋਲ ਦਿੱਤਾ ਜਾਂਦਾ ਉਹ ਆਪਾਂ ਆ ਚੀਜ਼ ਵੇਖਣੀ ਹੈ ਠੀਕ ਆ ਸੋ ਆਪਣੇ ਕੋਲ ਇੱਥੇ ਸੈਕਿੰਡ ਸਟ੍ਰੈਟੇਜੀ ਆ ਗਈ ਲਿਖਿਆ ਵੈਨ ਪੋਸੀਬਲ ਸਟਾਫ ਵਰ 기ਵਨ ਦਾ ਓਪਰਚ्युनिटी ਵੇਖੋ ਆ ਗਿਆ ਨਾ ਇੱਥੇ ਕਿ ਉਹਨਾਂ ਨੂੰ ਓਪਰਚ्युनिटी ਮਤਲਬ ਦਿੱਤੀ ਜਾਂਦੀ ਹੈ ਮਤਲਬ ਮੌਕਾ ਦਿੱਤਾ ਜਾਂਦਾ ਵਾ ਕੀ ਕਰਨ ਵਾਸਤੇ ਡਿਟਰਮਾਈਨ देयर ਵਰਕਿੰਗ ਸਕੇਡਿਊਲ ਮਤਲਬ ਉਹਨਾਂ ਨੂੰ ਕੰਟਰੋਲ ਦਿੱਤਾ ਜਾਂਦਾ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਓਪਰਚ्युनिटी ਵੇਖੋ ਸੇਮ ਸੈਂਸ ਆ ਗਈ ਕਿਹੜੀ ਚੀਜ਼ ਦੇ ਉੱਪਰ ਉਹਨਾਂ ਦੇ ਆਪਣੇ ਜਿਹੜੇ ਕੰਮ ਕਰਨ ਦੇ ਜਿਹੜੇ ਆ ਟਾਈਮ ਨੂੰ ਲੈ ਕੇ ਵਰਕਿੰਗ ਸਕੈਡਿਊਲ ਊਡ ਬੀ ਯੂਰ ਆਨਸਰ ਇਹ ਤੁਹਾਡੀ ਜਿਹੜੀ ਸੈਕੰਡ ਬਲੈਂਕਸ ਦਾ ਆਨਸਰ ਜਿਹੜਾ ਉਹ ਹੈ ਹੋਊਗਾ ਇਹ ਵਾਲਾ ਠੀਕ ਆ ਹੁਣ ਇਸ ਤਰ੍ਹਾਂ ਵੇਖੋ ਕਿੰਨੀ ਇਜ਼ੀ ਲੱਗ ਰਹੀ ਹੈ ਨਾ ਤੁਹਾਨੂੰ ਹੁਣ ਮੈਂ 3rd ਜਿਹੜੀ ਤੁਹਾਨੂੰ ਬਲੈਂਕਸ ਕਰਾਉਣਾ ਹੁਣ ਇਹ ਕਾ 3rd ਲੈਂਗੁਏਜ ਕੀ ਲਿਖਿਆ ਉਹਨਾਂ ਨੇ ਇਨ ਦਾ 3rd ਸਟ੍ਰੈਟੇਜੀ ਨਰਸਸ ਹੂ ਅਪੀਅਰਡ ਟੂ ਬੀ ਟੇਕਿੰਗ ਡੈਸ਼ ਸਿਕਲੀਵ ਠੀਕ ਆ ਲਿਖਿਆ ਤੀਜੀ ਸਟਰੈਟਜੀ ਦੇ ਵਿੱਚ ਕਿਹੜੀਆਂ ਨਰਸਸ ਜਿਹੜੀਆਂ ਹੂ ਅਪੀਅਰਡ ਮਤਲਬ ਜਿਹੜੀਆਂ ਕੀ ਉਸ ਚੀਜ਼ ਲਈ ਅਪੀਅਰ ਹੁੰਦੀ ਹੈ ਅਪੀਅਰ ਦਾ ਮਤਲਬ ਹੁੰਦਾ ਜੇ ਮਾਲ ਤੁਸੀਂ ਆਈਲਸ ਦਾ ਐਗਜ਼ਾਮ ਦੇਣ ਜਾਓ ਤਾਂ ਤੁਸੀਂ ਕੀ ਕਰਦੇ ਪਏ ਆਈਲਸ ਐਗਜ਼ਾਮ ਲਈ ਅਪੀਅਰ ਹੋ ਰਹੇ ਹੋ ਦਿਖ ਰਹੇ ਹੋ ਉਸ ਚੀਜ਼ ਲਈ ਠੀਕ ਹੈ ਜਾਂ ਅਟੈਂਡ ਕਰ ਰਹੇ ਹੋ ਹੂ ਅਪੀਅਰ ਟੂ ਬੀ ਟੇਕਿੰਗ ਡੈਸ਼ ਸਿਕਲੀਵ ਹੁਣ ਆਨਸਰ ਆਪਾਂ ਵੇਖਣਾ ਕੀ ਹੋਊਗਾ ਟੇਕਿੰਗ ਮਤਲਬ ਲੈਣਾ ਅਪੀਅਰਡ ਮਤਲਬ ਦੱਸਿਆ ਜਿਵੇਂ ਤੁਹਾਨੂੰ ਨੇ ਹੁਣ ਆਪਾਂ ਦਸਵੀਂ ਜਿਹੜੀ ਬਲੈਂਕਸ ਆ ਉਹ ਲੱਭਾਂਗੇ ਠੀਕ ਹੈ ਹੁਣ ਵੇਖੋ

ਨਰਸਸ ਹੁ ਨਰਸਸ ਨੂੰ ਕੀ ਲਿਖਤਾ ਉਹ ਤਾਂ ਨੇ ਇਥੇ ਸਟਾਫ ਠੀਕ ਆ ਸੋ ਉਸ ਚੀਜ਼ ਦੇ ਵਿੱਚ ਨਹੀਂ ਪੜਨਾ ਕਿ ਮੈਨੂੰ ਵਰਡ ਟੂ ਵਰਡ ਨਹੀਂ ਮਿਲਿਆ ਨਹੀਂ ਮੇਰਾ ਆਨਸਰ ਗਲਤ ਆ ਸੋ ਇਹ ਚੀਜ਼ ਇਸ ਕਰਕੇ ਤੁਹਾਡਾ ਆਨਸਰ ਇਥੇ ਬਣੂਗਾ ਵਿਦ ਐਕਸੈਸਿਵ ਆਨਸਰ ਊਡ ਬੀ ਜਿਹੜੀ ਆਪਣੀ ਤੀਸਰੀ ਬਲੈਂਕ ਦਾ ਆਨਸਰ ਹੋਊਗਾ ਉਹ ਹੋਊਗਾ ਐਕਸੈਸਿਵ ਧਿਆਨ ਨਾਲ ਦੁਬਾਰਾ ਕੁਐਸਚਨ ਵੇਖ ਲਓ ਹੁਣ ਮੈਂ ਕੁਐਸਚਨ ਨੂੰ ਅੰਡਰਸਟੈਂਡ ਕਰਦਾ ਪਿਆ ਤੇ ਮੇਰੇ ਆਨਸਰਸ ਮੈਨੂੰ ਮਿਲਦੇ ਪਿਆ ਤੇ ਮੈਂ ਆਪਣੇ ਜਿਹੜੇ ਕੀਵਰਡ ਆ ਉਹਨੂੰ ਇਹ ਨਹੀਂ ਕਰਦਾ ਕਿ ਮੈਨੂੰ ਪੂਰਾ ਜਵੇਂ ਉਹਦੇ ਉੱਪਰ ਲਿਖਿਆ ਸੀ ਡੋਨੇਟਿਡ ਤੇ ਮੈਂ ਸੋਚਿਆ ਮੈਨੂੰ ਡੋਨੇਟਡ ਇਥੇ ਲੱਭੇ ਤੇ ਮੈਂ ਸਾਰੇ ਪੈਰਾਗ੍ਰਾਫ ਦੇ ਵਿੱਚ ਐ ਆਪਣੀ ਪੈਨਸਲ ਨੂੰ ਐ ਕਰਦਾ ਰਵਾਂ ਐਂ ਆਪਣੇ ਪੈਨ ਨੂੰ ਐ ਕਰਦਾ ਰਵਾਂ ਕੱਲੇ-ਕੱਲੇ ਵਰਡ ਨੂੰ ਐ ਕਰਦਾ ਰਵਾਂ ਤਾਂ ਅਨਸਰ ਲੱਭ ਜੇ ਇਸ ਤਰ੍ਹਾਂ ਅਨਸਰ ਨਹੀਂ ਜਲਬਣੇ ਅਨਸਰ ਲੱਭਣੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਟੈਕਨੀਕ ਦੱਸੀ ਹੈ ਸੋ ਪਲੀਜ਼ ਟ੍ਰਾਈ ਟੂ ਫਾਈਂਡ ਆਊਟ ਦਿਸ ਯਰ ਆਨਸਰਸ ਇਨ that way so that you can get good band scoring in your reading ਤੇ ਮੈਂ ਲਿਸਨਿੰਗ ਦੇ ਰਿਲੇਟਡ ਰਾਈਟਿੰਗ ਦੇ ਰਿਲੇਟਡ ਕਾਫੀ ਸਾਰੀਆਂ ਵੀਡੀਓਜ਼ ਬਣਾਈਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਫੇਸਬੁੱਕ ਤੇ ਮੈਂ ਆਪਣਾ ਚੈਨਲ ਬਣਾਇਆ ਉਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਫੋਲੋ ਕਰਿਓ ਤੇ ਜੇਕਰ ਮੇਰੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਹੈ ਮੋਟੀਵੇਟ ਹੁੰਦੇ ਪਿਓ ਤੇ ਡੈਫੀਨਿਟਲੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ 1 2 3 4 ਚਾਰ ਰਿਜ਼ਲਟ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਤੁਸੀਂ ਖੁਦ ਹੈਰਾਨ ਹੋਗੇ ਕਿ ਬੱਚਿਆਂ ਦੇ ਕਿੰਨੇ ਵਧੀਆ ਬੈਂਡ ਸਕੋਰ ਆਏ ਤੇ ਸਾਰਿਆਂ ਨੇ ਵੀਡੀਓਜ਼ ਹੀ ਦੇਖੀਆਂ ਹੈ ਤੇ ਉਹਨਾਂ ਵਿੱਚੋਂ ਇੱਕ ਬੱਚਾ ਸਰਵਜ ਨੇ ਪਰਸਨਲੀ ਆਨਲਾਈਨ ਕਲਾਸਿਸ ਲਈਆਂ ਉਹਦੀ 5 ਬੈਂਡ ਦੀ ਡਿਮਾਂਡ ਸੀ ਤੇ ਉਹ ਬੱਚੇ ਦੇ ਕਿੰਨੇ ਬੈਂਡ ਆਏ 6 ਓਵਰਆਲ 6 ਜਨਰਲ ਠੀਕ ਆ ਸੋ 5 ਦੀ ਡਿਮਾਂਡ ਦਾ ਕਿ ਜੇ 6 ਲੈ ਸਕਦਾ ਤਾਂ ਤੁਸੀਂ 6 ਕਿਉਂ ਨਹੀਂ ਅਚੀਵ ਕਰ ਸਕਦੇ ਸੋ ਗੱਲ ਸਿਰਫ ਇਹ ਆ ਕਿ ਕਈਆਂ ਨੂੰ ਇਹ ਲੱਗਦਾ ਕਿ ਮੈਂ ਜਿਹੜੀਆਂ ਟਿਪਸ ਬਹੁਤ ਸਿੰਪਲ ਹੁੰਦੀਆਂ ਐ ਨਹੀਂ ਕੰਮ ਕਰਦੀਆਂ ਇਸ ਤਰ੍ਹਾਂ ਨਹੀਂ ਐ ਮੈਂ ਤੁਹਾਨੂੰ ਟਾਈਮ ਟੂ ਟਾਈਮ ਆਪਣੇ ਨਾਲ ਰਿਜ਼ਲਟ ਵੀ ਸ਼ੇਅਰ ਕਰਦਾ ਰਹਿਣਾ ਸੋ ਜੇਕਰ ਤੁਸੀਂ ਰੀਡਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਆਪਣੀ ਲਿਸਨਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਰੀਡਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਰਾਈਟਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਸਪੀਕਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਦੈਨ ਫਾਲੋ ਸਬਸਕ੍ਰਾਈਬ ਆਇਲਸ ਜਰ ਤੇ ਆ ਜਿਹੜੀਆਂ ਮੈਂ ਤਿੰਨ ਬਲੈਂਕਸ ਤੁਹਾਨੂੰ ਮੈਂ ਦੱਸਿਆ ਵਾ 11 12 ਤੇ 13 ਇਹ ਤੁਸੀਂ ਐਬਸੈਂਟਿਜ਼ਮ ਵਾਲਾ ਲਿਖ ਕੇ ਜਦੋਂ ਆਪਣਾ ਗੂਗਲ 'ਚ ਸਰਚ ਕਰੋਗੇ ਤੁਹਾਨੂੰ ਦਾ ਐਕਸਰਸਾਈਜ਼ ਲਈ ਪੈਰਾਗ੍ਰਾਫ ਮਿਲ ਜੂਗਾ ਉਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਓਕੇ ਸੋ ਗੁੱਡ ਬਾਏ ਮਿਲਦੇ ਆ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ